ਦੇਖੋ ਹੁਣਾਂ ਦੇ ਵੱਲੋਂ ਕੱਪ ਦੇ ਲਈ ਸੱਦੇ ਆ ਲਓ ਅਗਲੀ ਰੇਡ ਹੀਰਾ ਬੱਟ ਜਿੱਦਾਂ ਕਕਰਾਲੀ ਸਾਹਿਬ ਨੇ ਪਹਿਲੇ ਬੋਲਿਆ ਵੀ ਹੀਰੇ ਬੱਟ ਤੇ ਪਾਲੇ ਦੀ ਟੱਕਰ ਵੇਖਣ ਵਾਲੀ ਆ ਦੁਨੀਆ ਕਹਿੰਦੇ ਲਾਈਵ ਆਨੰਦ ਮਾਣ ਰਹੀ ਆ ਹੀਰਾ ਬੱਟ ਤੇ ਜਲਾਲਪੁਰ ਦਾ ਪਾਲਾ ਲਓ ਪੁਆਇੰਟ ਹੀਰੇ ਬੱਟ ਦਾ ਜਿਨ੍ਹਾਂ ਨੂੰ ਹੀਰੇ ਦੀਆਂ ਰੇਡਾਂ ਵਧੀਆ ਲੱਗੀਆਂ ਤਾੜੀ ਜ਼ੋਰਦਾਰ ਨੂਰ ਟੈਂਟ ਹਾਊਸ ਵੱਲੋਂ $500 ਦੇ ਨਾਲ ਮਾਣ ਸਨਮਾਨ ਕੀਤਾ ਜਾਵੇਗਾ ਨੂਰ ਟੈਂਟ ਹਾਊਸ ਦੇ ਸਾਡੇ ਵੀਰਾਂ ਵੱਲੋਂ $500 ਖੁਸ਼ੀ ਦਾ ਪਰ ਹੀਰੇ ਬੱਟ ਦੀ ਰੇਡ ਦੇ ਨਾਲ ਆਪਾਂ ਖੇਡ ਮੈਦਾਨ ਦੇ ਵਿੱਚ ਜੁੜੀਏ ਮੇਰੇ ਵੀਰੋ ਹੀਰਾ ਬੱਟ ਕਬੱਡੀ ਕਬੱਡੀ ਪਾਲਾ ਜਲਾਲਪੁਰੀ ਆ ਆਹ ਟੱਕਰ ਦੇਖਣ ਨੂੰ ਦੁਨੀਆ ਤਰਸਦੀ ਸੀ ਪਰ ਵੇਖੀਏ ਪਾਲਾ ਤੇ ਹੀਰਾ ਬੱਟ ਚੋਰ ਵਾਹ ਗੱਭਰੂਆ ਪੁਆਇੰਟ ਰੇਡਰ ਦਾ ਸੰਦੀਪ ਰਾਣੇ ਗਿੱਲ ਉਹਨਾਂ ਦੀ ਸਨੀ ਸੋਤੇ ਉਹਨਾਂ ਦੇ ਸੰਤੋਖ ਢੇਸੀ ਬੂਟਾ ਸਾਡੇ ਵੀਰ ਬੂਟੇ ਜੋਲ ਉਹਨਾਂ ਦੀ ਅੱਖੀ ਟੀਮ ਚਾਹੇ ਬਿੱਟੂ ਸੰਧੂ ਨੰਗਲਾਂ ਦੀਆਂ ਪ੍ਰਧਾਨ ਵੈਨਕੂਵਰ ਕਬੱਡੀ ਕਲੱਬ ਮਾਲਾ ਪਿੰਡ ਦੇ ਸ਼ੇਰਾ ਉਹਨਾਂ ਦਾ ਧੰਨਵਾਦ ਹੈ ਕਿਸੇ ਦਾ ਫੋਨ ਡਿੱਗਿਆ ਲੱਖੇ ਦਿਆਲਪੁਰੇ ਵਾਲੇ ਨੂੰ ਮਿਲਿਆ ਉਹ ਪਲੀਜ਼ ਸਾਡੇ ਤੋਂ ਆ ਕੇ ਪ੍ਰਾਪਤ ਕਰ ਸਕਦੇ ਹੋ ਜੇ ਕਿਸੇ ਵੀ ਵੀਰ ਦਾ ਫੋਨ ਗਵਾਚਾ ਹੋਵੇ ਆਈਫੋਨ ਹੈ ਪਲੀਜ਼ ਜਿਹਦੇ ਕਿਸੇ ਕਿਹੜੇ ਵੀ ਵੀਰ ਦਾ ਹੋਵੇ ਸਾਥੋਂ ਆ ਕੇ ਪ੍ਰਾਪਤ ਕਰ ਸਕਦੇ ਹੋ ਹੀਰਾ ਪੱਟ ਅਤੇ ਸੰਦੀਪ ਨੰਗਲ ਅੰਬੀਆਂ ਵਾਲਾ ਸੰਦੀਪ ਵਾਹ ਵੀ ਵਾਹ ਲੱਗਿਆ ਪਿਆ ਜੋ ਵਾਹ ਪੁਆਇੰਟ ਰੇਡਰ ਦਾ ਪੁਆਇੰਟ ਹੀਰੇ ਦੁੱਲੇ ਨੂੰ ਆਖਦੇ ਹੁੰਦੇ ਸਨ ਗੁਲਾਮ ਆਵਾਸ ਬੱਟ ਨੇ ਆਖਿਆ ਵੀ ਹੀਰਿਆ ਹੁਣ ਮਸਲਾ ਕੱਪ ਦਾ ਬਣ ਗਿਆ ਹੁਣ ਦੋ ਦੋ ਕੌਡੀਆਂ ਪਾ ਦੇ ਮਸਲਾ ਕੱਪ ਦਾ ਬਣ ਗਿਆ ਏ ਹੁਣ ਤੂੰ ਦੋ ਦੋ ਕੌਡੀਆਂ ਪਾ ਦੇ ਆਓ ਪੁਆਇੰਟ ਹੀਰਾ ਬੱਟ ਆਪਣੀ ਟੀਮ ਦੇ ਲਈ ਜੋੜ ਦੇ ਵਿੱਚ ਕਾਮਯਾਬ ਹੈ ਸੰਦੀਪ ਲੋਦੜ ਦੀ ਅਗਲੀ ਰੇਡ ਮੈਦਾਨ ਦੇ ਅੰਦਰ ਪੈਂਦੀ ਹੋਈ ਯੂਨਾਈਟਡ ਕਬੱਡੀ ਫੈਡਰੇਸ਼ਨ ਗਿਆਨ ਬਣਿੰਗ ਹੋਣੀ ਚੇਅਰਮੈਨ ਗਾਦੀਪੁਰ ਦੇ ਲੱਖੇ ਹੁਣਾਂ ਨੂੰ ਮੁਬਾਰਕਬਾਦ ਆ ਬਿੰਦਰ ਜਗਰਾਓ ਹੁਣਾਂ ਨੂੰ ਲਓ ਹੀਰਾ ਬੱਟ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਬਾਬਾ ਆਪੇ ਤਖਤ ਬਿਠਾ ਦੇਵੇ ਬੰਦਾ ਹੋਵੇ ਨਾ ਬੇਨੀਤ ਕੁੜੇ ਲਓ ਨੰਗਲ ਅੰਬੀਆਂ ਵਾਲਾ ਸੰਦੀਪ ਪਿੰਕੇ ਸੇਖੋਂ ਦਾ ਵੀ ਕਹਿੰਦੇ ਚੇਤਾ ਲਓ ਸੰਦੀਪ ਤੇ ਹੀਰਾ ਬੱਟ ਲੱਗਿਆ ਪਿਆ ਜੋਰ ਕਬੱਡੀ ਓ ਪੁਆਇੰਟ ਹੀਰੇ ਬੱਟ ਦਾ ਪੁਆਇੰਟ ਹੀਰੇ ਬੱਟ ਦਾ ਹੀਰਾ ਬੱਟ ਆ ਕੇ ਕਰਨ ਫੈਸਲਾ ਛੇਤੀ ਕਹੇ ਮੱਖਣ ਬਰਾੜਾਂ ਦਾ ਔਰ ਛੱਡ ਦਿਓ ਨਸ਼ੇ ਵਾਸਤੇ ਪਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜੀ ਗੋਡੀ ਲਾ ਕੇ ਲਾਓ ਲਾਭ ਹੀਰੇ ਦਾ ਗੀਤ ਵੀ ਦੁਨੀਆ ਦੇ ਮਸ਼ਹੂਰ ਹੋਇਆ ਮੱਖਣ ਬਰਾੜ ਨੇ ਆਪਣੀ ਕਲਮ ਤੋਂ ਗੱਲ ਵੱਖਰੀ ਕੀਤੀ ਅਤੇ ਬੁਲਾਰੇ ਆਪੋ ਆਪਣੇ ਅੰਦਾਜ਼ ਦੇ ਵਿੱਚ ਬੋਲਦੇ ਨੇ ਪਰ ਨੰਗਲ ਅੰਬੀਆਂ ਵਾਲਾ ਸੰਦੀਪ ਕਹਿੰਦਾ ਮੇਰਾ ਅੰਦਾਜ਼ ਵੱਖਰਾ ਲਾਓ ਹੀਰੇ ਦਾ ਅੰਦਾਜ਼ ਤਾਂ ਪਿਆਰਾ ਹੁੰਦਾ ਦੁਨੀਆ ਨੂੰ ਜਿੰਨੇ ਚੜ੍ਹਦੀ ਪ੍ਰਭਾਤ ਵਰਗੇ ਪੁੰਨਿਆਂ ਦੀ ਰਾਤ ਵਰਗੇ ਲਾਓ ਪਈ ਹੋਈ ਕਬੱਡੀ ਦੇ ਕਿਹੜਾ ਨੌਜਵਾਨ ਜਾਂ ਫੜਨ ਦੀ ਕੋਸ਼ਿਸ਼ ਕਰਦਾ ਔਰ ਦੂਸਰੇ ਪਾਸੇ ਸੰਦੀਪ ਨੰਗਲ ਅੰਬੀਆਂ ਵਾਲਾ ਇੱਕ ਪਾਸੇ ਸੁਪਰ ਸਟਾਰ ਹੈ ਦੂਸਰੇ ਪਾਸੇ ਸਟਾਰ ਚੜ੍ਹਦੀ ਵਰੇਸ ਦਾ ਲਾ ਹੋਈ ਪਈ ਬੱਲੇ ਬੱਲੇ ਦਾ ਹੀਰਾ 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 ਬੱਟ ਇਸ ਵੇਲੇ ਜਸਵੀਰ ਸਿੰਘ ਬਨਮੈਨ ਪਾਰਟੀ ਗੱਲੋਣੀ USA ਤੋਂ ਪੁੱਜੇ ਹੋਏ ਹੈ ਵੀ ਪਾਲਾ ਹੀਰੇ ਬੱਟ ਨਾਲ ਕਿਹੋ ਜਿਹੇ ਦੋਵਤ ਕਰਦਾ ਹੈ ਲਓ ਚਾਰ ਜਾਫੀਆਂ ਦੇ ਵਿੱਚੋਂ ਸੰਦੀਪ ਨੰਗਲ ਅੰਬੀਆਂ ਦਾ ਦੂਜੇ ਪਾਸੇ ਹੀਰਾ ਬੱਟ ਹੀਰਾ ਬੱਟ ਹੀਰਾ ਬੱਟ ਤੇ ਪੁਆਇੰਟ ਹੀਰੇ ਬੱਟ ਦੇ ਹਿੱਸੇ ਹੈ ਲਓ ਪੁਆਇੰਟ ਹੀਰੇ ਬੱਟ ਦੇ ਹਿੱਸੇ ਹੈ ਬੜਾ ਤਕੜਾ ਮੈਚ ਹੈ ਭੀਮਾ A1 ਰੇਲਿੰਗ ਨੇ ਐਲਾਨ ਕਰ ਦਿੱਤਾ ਤਿੰਨ ਕਬੱਡੀਆਂ ਤੇ ਗੁਪਤ $50 ਪੁੱਜੇ ਨੇ ਜੇ ਜਾਫੀ ਜਫਾ ਲਾ ਗਿਆ ਜਾਫੀ ਦਾ ਨਹੀਂ ਤਾਂ ਹੀਰੇ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ ਹੀਰਾ ਖੇਡ ਕਬੱਡੀ ਦਾ ਲਓ ਹੀਰਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਨੌਜਵਾਨ ਚਾਰ ਜਾਫੀ ਇੱਕ ਪਾਸੇ ਨਹੀਂ ਉਹ ਰੀਸਾ ਰਾਣਾ ਗਿੱਲ ਜੀ ਅਤੇ ਬੂਟਾ ਜੋਲ ਜੀ ਹੀਰੇ ਬੱਟ ਨੂੰ ਜਿੰਨੇ ਵੀ ਜੱਫੇ ਲਾਉਣਗੇ ਵੈਨਕੂਵਰ ਦੇ ਜਾਫੀ ਉਹਨੇ ਹੀ $200 ਇਹ ਆ ਕਬੱਡੀ ਲਓ ਦੂਜੀ ਰੇਡ ਹੀਰੇ ਬੱਟ ਦੀ $300 ਲੱਗਿਆ ਹੋਇਆ ਜਲਾਲਪੁਰ ਦਾ ਪਾਲਾ ਕੋਟਲੀ ਦਾ ਯਾਦ ਐਂਡ ਕਹਿੰਦੇ ਖੇਡ ਮੈਦਾਨ ਦੇ ਵਿੱਚ ਤਿਆਰ ਆ ਥਾਪਲਕੇ ਦਾ ਬੂਟਾ ਜੋਲ ਵੇਖਦਾ ਵੀ ਨੰਗਲ ਅੰਬੀਆਂ ਵਾਲਾ ਸੰਦੀਪ ਸੰਦੀਪ ਪੁਆਇੰਟ ਹੀਰੇ ਬੱਟ ਦੀ ਯਾਦ ਦੇ ਵਿੱਚ ਬਣੀ ਹੋਈ ਖੇਡ ਕਲੱਬ ਦਾ ਇਹ ਪੁਆਇੰਟ ਹੈ ਲੈ ਵੀ ਹਰਦੀਪ ਫੁੱਲ ਮੁਬਾਰਕਬਾਦ ਹੈ ਨੌਜਵਾਨ ਤੁਹਾਡੀ ਸਾਰੀ ਕਲੱਬ ਨੂੰ ਸਫਲ ਟੂਰਨਾਮੈਂਟ ਸਵੇਰ ਤੋਂ ਲੈ ਕੇ ਤਕੜੇ ਮੁਕਾਬਲੇ ਹਰ ਇੱਕ ਮੈਚ ਦੀ ਜਿੱਤ ਹਾਰ ਕਹਿੰਦੇ ਇੱਕ ਦੋ ਪੁਆਇੰਟਾਂ ਤੇ ਹੋਈ ਹੈ ਖੇਡ ਮੈਦਾਨ ਦੇ ਵਿੱਚ ਹੀਰਾ ਬੱਟ ਜਲਾਲਪੁਰੀ ਆ ਪਾਲਾ ਬਾਲਾ ਜਲਾਲਪੁਰ ਦਾ ਹੀਰਾ ਬੱਟ ਇਸ ਵੇਲੇ ਪੁਆਇੰਟ ਰੇਡਰ ਦਾ ਕਬੱਡੀ ਪਾਉਣ ਦੇ ਲਈ ਹੀਰਾ ਬੱਟ ਲੈਂਦੇ ਪੰਜਾਬ ਦਾ ਚਾਰ ਜਾਫੀ ਚੜ੍ਹਦੇ ਪੰਜਾਬ ਦੇ ਆਖੀਏ ਤੇ ਕੱਲ ਵੱਖਰੀ ਮੇਰੇ ਵੀਰੋ ਨੰਗਲ ਅੰਬੀਆਂ ਵਾਲਾ ਸੰਦੀਪ ਪਰ ਡਬਲ ਟੱਚ ਦਾ ਇਸ਼ਾਰਾ ਰੂਪੀ ਹੁਣਾਂ ਦਾ ਫੈਸਲਾ ਵੀ ਸ਼ਾਇਦ ਰੋਕਣਾ ਹੋਵੇ ਇਹ ਆ ਨੌਜਵਾਨ ਹੀਰਾ ਬੱਟ ਲਓ ਦੋ ਦੋ ਕਬੱਡੀਆਂ ਪਾਉਣ ਵਾਲਾ ਮੈਦਾਨ ਦੇ ਵਿੱਚ ਹੀਰਾ ਬੱਟ ਬਿਜਲੀ ਬੋਰਡ ਦਾ ਹੀਰਾ ਬੱਟ
ਚੱਕ ਨੰਬਰ 5 ਕਮਾਲਪੁਰ ਦਾ ਲਓ ਫੈਸਲਾਬਾਦ ਦਾ ਮੈਦਾਨ ਦੇ ਵਿੱਚ ਡਬਲ ਟੱਚ ਦੇ ਇਸ਼ਾਰੇ ਨਾਲ ਅਗਲੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਉੱਧਰ ਆਜ਼ਾਦ ਕਬੱਡੀ ਕਲੱਬ ਦੇ ਪ੍ਰਧਾਨ ਸਾਬੀ ਕੂਨਰ